ਆਧੁਨਿਕ ਸਮੇਂ 'ਚ ਪੰਜਾਬ ਦੀਆਂ ਔਰਤਾਂ ਦੀ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਹੈ। ਕਦੇ ਉਹ ਦਹੇਜ ਦੀ ਬਲੀ ਚੜ੍ਹਦੀਆਂ ਨੇ ਤੇ ਕਦੇ ਆਪਣੇ ਪਤੀ ਦੇ ਜ਼ੁਲਮਾਂ ਦੀ। ਅਜਿਹਾ ਇੱਕ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਕਬਰਵਾਲਾ ਤੋਂ ਸਾਹਮਣੇ ਆਇਆ, ਜਿੱਥੇ ਇੱਕ ਨੂੰਹ ਨੇ ਉਸਦੇ ਸਹੁਰੇ ਪਰਿਵਾਰ ਵੱਲੋਂ ਕੁੱਟਮਾਰ ਕਰਨ ਦਾ ਦੋਸ਼ ਲਗਾਇਆ। ਪੀੜਤ ਨੂੰਹ ਦਾ ਕਹਿਣਾ ਕਿ ਉਸਦਾ ਪਤੀ ਪਿਛਲੇ 2 ਸਾਲਾਂ ਤੋਂ ਚਿੱਟਾ ਵੇਚਦਾ ਤੇ ਪੀਂਦਾ। ਜਦੋਂ ਉਸ ਵੱਲੋਂ ਇਸਦਾ ਵਿਰੋਧ ਕੀਤਾ ਗਿਆ ਤਾਂ ਉਸਦੇ ਪਤੀ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ। ਮੇਰਾ ਪਤੀ ਮੇਰਾ ਚਿੱਟਾ ਪੀਂਦਾ, ਨਾਲੇ ਚਿੱਟਾ ਵੇਚਦਾ। ਮੈਂ ਉਹਨੂੰ ਰੋਕਦੀ ਹਾਂ ਵੀ ਚਿੱਟਾ ਨਾ ਲਾਓ ਤੁਸੀਂ, ਨਾ ਵੇਚੋ ਤੁਸੀਂ, ਤੇ ਉਹ ਮੇਰੇ ਕਹਿਣਾ ਨਹੀਂ ਮੰਨਦੇ ਤੇ ਮੈਨੂੰ ਅੱਗੋਂ ਕੁੱਟਦੇ ਮਾਰਦੇ ਆ। ਅੱਜ ਜੀ ਮੇਰਾ ਅੱਜ ਮੈਂ ਆਪਦੇ ਮੰਮਾ ਪਾਪਾ ਨੂੰ ਮੈਨੂੰ 4 ਦਿਨ ਹੋ ਗਏ ਉਦਣ ਦਾ ਕੁੱਟ ਕੇ ਘਰੇ ਅੰਦਰ ਸਿੱਟ ਰੱਖਿਆ ਗਾ। ਅੱਜ ਮੈਂ ਆਪਦੇ ਮੰਮਾ ਪਾਪਾ ਨੂੰ ਦੱਸਿਆ ਜਾਏ, ਇਹ ਕਹਿੰਦੇ ਲੈ ਜਾਂਦੇ, ਇਹਨਾਂ ਦੇ ਵੀ ਹੱਥੀ ਪੈ ਗਏ, ਇਹਨਾਂ ਨੂੰ ਕੁੱਟਿਆ ਮਾਰਿਆ। ਮੇਰੇ ਘਰ ਵਾਲੇ ਨੇ ਅਤੇ ਮੇਰੇ ਜੇਠ ਨੇ ਮੇਰੇ ਪਾਪਾ ਨੂੰ ਕੁੱਟਿਆ, ਬਾਹਰ ਗਲੀ ਤੱਕ ਘਸੀਟ ਕੇ ਲੈ ਗਏ ਅਤੇ ਮੇਰੇ ਸਹੁਰੇ ਨੇ ਮੈਨੂੰ ਵਾਲਾਂ ਤੋਂ ਫੜ ਕੇ ਮੈਨੂੰ ਥੱਲੇ ਸਿੱਟ ਕੇ ਉੱਤੋਂ ਮੇਰੀ ਧੌਣ 'ਤੇ ਮੁੱਕੀਆਂ ਮਾਰੀ ਆਇਆ। ਮੇਰੇ ਸਹੁਰੇ ਨੇ ਮੈਨੂੰ ਬਹੁਤ ਕੁੱਟਿਆ ਅਤੇ ਮੇਰੀ ਸੱਸ ਮੈਨੂੰ ਘਰੇ ਨਹੀਂ ਵੱਸਣ ਦਿੰਦੀ ਕਿ ਮੇਰੀ ਸੱਸ ਆਉਂਦੀ ਵੀ ਤੈਨੂੰ ਨਹੀਂ ਰੱਖਣਾ। ਸਾਡਾ ਪਿੰਡ ਸਦਰ ਵਾਲਾ ਜੀ, ਮੇਰੀ ਅਮਰੀਕ ਸਿੰਘ, ਦਰਸ਼ਨ ਸਿੰਘ ਜੀ, ਮੇਰੀ ਸੱਸ ਨੂੰ ਸਾਰਾ ਪਤਾ ਹੈ ਕਿ ਚਿੱਟਾ ਕਿੱਥੋਂ ਲੈ ਕੇ ਆਉਂਦੇ ਨੇ, ਕਿੱਥੇ ਵੇਚਦੇ ਨੇ। ਇਹ ਸਾਰਾ ਨਾਲ ਆਪਦੇ ਪੁੱਤ ਦੇ 2 ਨੰਬਰ ਦਾ ਕੰਮ ਕਰਦੀ ਆ। ਜੇਠ ਮੇਰਾ ਅਜੇ ਪਰਸੋਂ ਹਫ਼ਤਾ ਕੀ ਹੋਇਆ ਅਜੇ ਲਖਨਊ ਜੇਲ੍ਹ 'ਚੋਂ ਛੁੱਟ ਕੇ ਆਇਆ ਹੈ ਅਤੇ ਹੁਣ ਫਿਰ ਉਹਨਾਂ ਦਾ 2 ਨੰਬਰ ਦਾ ਹੀ ਕੰਮ ਚੱਲ ਰਿਹਾ ਹੈ। ਅਤੇ ਮੇਰੀਆਂ 3 ਬੇਟੀਆਂ ਮੈਂ ਰੋਕਦੀ ਹਾਂ ਕਿ ਜਾਂ ਸਾਨੂੰ ਫਿਰ ਖਰਚਾ ਪਾਣੀ ਦਿਓ, ਸਾਨੂੰ ਖਰਚਾ ਪਾਣੀ ਵੀ ਨਹੀਂ ਦਿੰਦੇ। ਬੇਟੀਆਂ ਮੇਰੀਆਂ ਘਰ ਰੋਂਦੀਆਂ ਰਹਿੰਦੀਆਂ ਨੇ ਅਤੇ ਅਸੀਂ ਅੱਜ ਸਵੇਰ ਦੇ ਰੋਟੀ ਪਾਣੀ ਤੋਂ ਬੈਠੇ ਹਾਂ ਘਰ ਭੁੱਖੇ, ਅਤੇ ਜਦੋਂ ਮੈਂ ਰੋਕਿਆ ਤਾਂ ਉਦੋਂ ਮੈਨੂੰ ਕੁੱਟਣ ਲੱਗ ਗਏ। ਇਸ ਪੂਰੇ ਮਾਮਲੇ ਤੇ ਪੀੜਤਾ ਦੇ ਪਿਤਾ ਨੇ ਕਿਹਾ ਕਿ ਜਦੋਂ ਉਹ ਆਪਣੀ ਬੇਟੀ ਨੂੰ ਮਿਲਣ ਲਈ ਗਏ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀ ਬੇਟੀ ਨੂੰ ਪਿਛਲੇ 4 ਦਿਨਾਂ ਤੋਂ ਕੁੱਟਮਾਰ ਕਰਕੇ ਕਮਰੇ 'ਚ ਬੰਦ ਕਰ ਦਿੱਤਾ ਗਿਆ। ਜਦੋਂ ਉਹਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਤਾਂ ਬੇਟੀ ਦੇ ਸਹੁਰਿਆਂ ਨੇ ਵੀ ਉਹਨਾਂ ਨਾਲ ਵੀ ਕੁੱਟਮਾਰ ਕੀਤੀ। ਮੇਰੀ ਬੁੱਢੀ ਇੱਥੇ ਕਬਰ ਵਾਲੇ ਵਿਆਹੀ ਆ, 3 ਇਹਦੇ ਬੇਟੀਆਂ ਨੇ ਅਤੇ ਇਹਨੂੰ ਕੁੱਟਦੇ ਮਾਰਦੇ ਨਸ਼ਾ ਕਰਦਾ, ਵੇਚਦਾ ਵੀ ਆ ਅਤੇ ਕੁੱਟਦੇ ਮਾਰਦੇ ਆ, ਅਤੇ ਅਸੀਂ ਪਤਾ ਲੈਣ ਆਏ ਹਾਂ। ਅੱਜ 4th ਦਿਨ ਗਏ ਨੂੰ ਕੁੜੀ ਨੂੰ ਕੁੱਟ ਕੇ ਅੰਦਰ ਤਾੜਿਆ ਸੀ, ਅਸੀਂ ਪਤਾ ਲੈਣ ਆਏ ਹਾਂ ਅਤੇ ਅੱਗੋਂ ਸਾਡੇ ਵੀ ਗੱਲ ਪੈ ਗਏ ਅਤੇ ਆਹ ਵੇਖੋ ਦਾੜੀ ਵੀ ਕੁੱਟਦੀ ਆ ਅਤੇ ਆਹ ਵੇਖੋ ਜੇ ਵੇਖੋ ਸੱਟਾਂ ਲਾਈਆਂ। ਚੱਲ ਕੇ ਘਰੇ ਆਇਆ ਅਤੇ ਘਰੇ ਆਇਆ 3 ਪਿਓ ਪੁੱਤ 4th ਮਾਂ ਸਾਰੇ ਇੱਕ ਪਾਸੇ ਹੋ ਕੇ ਗੱਲ ਪੈ ਗਏ ਆ। ਕੌਣ ਬੰਦੇ ਨੇ ਉਹ? ਹਾਂਜੀ ਅਮਰੀਕ ਸਿੰਘ ਆ, ਹਾਂਜੀ ਉਹਦਾ ਮੁੰਡਾ ਇੱਕ ਨਾਂ ਸੋਨੂ ਆ, ਇੱਕ ਨਾਂ ਦਰਸ਼ਨ ਸਿੰਘ ਆ ਅਤੇ ਘਰ ਦੀ ਨਾਲ ਸਿਮਰ ਕੌਰ ਆ। ਕਿੰਨਾ ਚਿਰ ਹੋ ਗਿਆ ਤੁਹਾਡੀ ਬੇਟੀ ਨੂੰ ਉੱਥੇ ਵਿਆਹੀ ਨੂੰ? ਬੇਟੀ ਨੂੰ ਹੋ ਗਏ ਜੀ 8-10 ਸਾਲ ਹੋ ਗਏ ਆ। ਕੋਈ ਉਹਦੇ ਕਿੰਨੇ ਬੱਚੇ ਨੇ ਜੀ? ਬੱਚੇ 3 ਜੀ, 3 ਬੱਚੇ ਨੇ, ਗੁੱਡੀਆਂ 3। ਇਸੇ ਕਰਕੇ ਫਿਰ ਕੁੱਟਦਾ ਮਾਰਦਾ, ਉਹ ਗੰਦਿਆਂ ਕੰਮਾਂ 'ਚ ਪਿਆ ਹੈ ਅਤੇ ਇਸੇ ਕਰਕੇ ਕੁੱਟਦਾ ਮਾਰਦਾ ਵੀ ਇਹ ਬੱਚੀਆਂ 3 ਅਤੇ ਇਹ ਨਿਕਲ ਜੇ ਤਾਂ ਮੈਂ ਹੋਰ ਲਿਆਵਾਂ। ਗਲਤ ਕੰਮ ਪਾਸੇ ਜਾਂਦਾ, ਜੇ ਉਹ ਡੱਕਦੇ ਹਾਂ ਉਹ ਨਹੀਂ ਆਕੇ ਲੱਗਦਾ ਜੀ। ਸਗੋਂ ਲੜਾਈ ਕਰਕੇ ਕੁੜੀ ਨੂੰ ਕੁੱਟਦਾ ਮਾਰਦਾ, ਫਿਰ ਪੈਸੇ ਮੰਗਾਉਂਦਾ, ਆਉਂਦੇ 50 ਪੈਸੇ ਅਤੇ ਕਿੱਥੋਂ ਦਈਏ ਅਸੀਂ? ਹਾਂਜੀ ਆਹ 15,000 ਹੁਣ ਪਿੱਛੇ ਦਿੱਤਾ ਹੈ, ਹੁਣ ਫਿਰ ਮੰਗੀ ਜਾਂਦਾ। ਕਿਸ ਗੱਲ ਦਾ? 20,000 ਰੁਪਈਆ ਦਿਓ। ਕਿਸ ਲੋੜ ਵਾਸਤੇ ਤੁਸੀਂ 15 ਹੋ? ਮੈਂ ਆਉਂਦਾ ਕਹਿੰਦਾ ਮੈਂ ਨਸ਼ਾ, ਸਾਨੂੰ ਤਾਂ ਕਿਹਾ ਵੀ ਮੈਂ ਦੁਕਾਨ 'ਚ ਦਵਾਈ ਪਾਉਣੀ ਆ ਅਤੇ ਸਾਨੂੰ ਪਤਾ ਲੱਗਾ ਦੁਕਾਨ 'ਤੇ ਛੱਡਤੀ ਇਹਨੇ ਅਤੇ ਨਸ਼ਾ ਕਰਦਾ, ਨਸ਼ਾ ਲਿਆ ਕੇ ਵੇਚਦਾ, ਉਸੇ ਵਾਸਤੇ ਉਹਨੂੰ ਮੰਗਦਾ। ਕੁੜੀ ਨੂੰ ਤਾਂ ਹੀ ਕੁੱਟਦਾ ਵੀ 20,000 ਰੁਪਈਆ ਫਿਰ ਲਿਆ ਕੇ ਦੇ। ਚਿੱਟਾ ਵੇਚਦਾ ਜੀ, ਚਿੱਟਾ ਹੀ ਲਾਉਂਦਾ ਆ ਵੀ।
ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪਤਾ ਕੁਛ? ਇਹਨੂੰ 2 ਸਾਲ ਹੋ ਗਏ ਜੀ, 2-2.5 ਸਾਲ ਦੇ ਇਰਗੜ ਹੋ ਗਿਆ। ਪਹਿਲਾਂ ਪੜ੍ਹਦੇ ਨਾ ਅਸੀਂ, ਹੁਣ ਤਾਂ 11 ਹੀ ਹੋ ਗਿਆ ਨਾ ਸਾਰੇ। ਨਹੀਂ ਜੀ ਅਸੀਂ ਤਾਰ ਕੇ ਪੁਲਿਸ ਨੂੰ ਦਿੱਤਾ ਵੀ ਜਵਾਈ ਭਾਈ ਪੁਲਿਸ ਨੂੰ ਅਸੀਂ ਕੀ ਦਈਏ, ਆਪੇ ਹਟ ਜੂਗਾ। ਜਦੋਂ ਹੁਣ ਚਾਰੇ ਬੰਨੇ ਕੁੜੀ ਨੂੰ ਜ਼ਿਆਦਾ ਕੁੱਟਣ ਲੱਗ ਪਿਆ, ਫਿਰ ਸਾਨੂੰ ਕਰਨਾ ਪੈਣਾ ਜੀ, ਕੀ ਕਰੀਏ। ਅੱਜ ਸੂਚਨਾ ਦਿੱਤੀ ਆ, ਪੁਲਿਸ ਵਾਲੇ ਗਏ ਸੀ, ਉਹ ਸਾਨੂੰ ਕਹਿੰਦੇ ਵੀ ਅਸੀਂ ਲੈ ਕੇ ਜਾਂਦੇ ਇਹਨਾਂ ਨੂੰ, ਅਤੇ ਲੈ ਕੇ ਨਹੀਂ ਆਏ, ਕੱਲੇ ਖਾਲੀ ਮੋੜ ਆਏ ਆ। ਇਸ ਪੂਰੇ ਮਾਮਲੇ 'ਤੇ ਪੁਲਿਸ ਦਾ ਕੀ ਕਹਿਣਾ, ਆਓ ਸੁਣਦੇ ਹਾਂ। ਜਿਹੜਾ ਇਹਨਾਂ ਦੇ ਕਬਰ ਵਾਲੇ ਦਾ ਮਾਮਲਾ, ਰਣਜੀਤ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਸਦਰਵਾਲਾ, ਇਹਨਾਂ ਦੇ ਹਸਬੈਂਡ ਵਾਈਫ ਦਾ ਘਰੇਲੂ ਡਿਸਪਿਊਟ ਸੀ, ਉਹਦੇ 'ਚ ਕੁੱਟਮਾਰ ਹੋਈ ਸੀਗੀ ਅਤੇ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦਾਖਲ ਸੀ ਸੱਟਾਂ ਲੱਗਣ ਕਰਕੇ। ਉੱਥੋਂ ਅਸੀਂ ਉਹਦੀ MLR ਸਾਨੂੰ ਲੈਣ ਮਸੂਲ ਹੋਣ 'ਤੇ ਜਿਹੜਾ ਕਿ ਉਹਦਾ ਬਿਆਨ ਲਿਖ ਕੇ, ਇਹ ਜਿਹੜੀ ਉਹ ਬਿਆਨ ਮੁਤਾਬਕ ਜਿਹੜੀ ਬਣਦੀ ਕਾਰਵਾਈ ਉਹ ਕਰਕੇ ਤਫਤੀਸ਼ ਕਰ ਰਹੇ ਹੈਗੇ। ਨਹੀਂ ਹਜੇ ਇਹਦੇ 'ਚ ਕੋਈ ਗ੍ਰਿਫਤਾਰੀ ਨਹੀਂ ਹੋਈ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV।